ਪਹਿਲਾਂ ਸਿੱਖ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਇਤਿਹਾਸ ਦੀ ਗਲਤ ਬਿਆਨੀ ਨੂੰ ਲੈ ਕੇ ਸਵਾਲਾਂ ਵਿੱਚ ਘਿਰਦੇ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੁਝ ਹੋਰ ਕਾਰਨਾਮਿਆਂ ਨਾਲ ਇਸ ਦੀ ਅੱਜ ਕੱਲ੍ਹ ਕਾਫ਼ੀ ਆਲੋਚਨਾ ਹੋ ਰਹੀ ਹੈ। ਇੱਕ ਪਾਸੇ ਪੰਜਾਬ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਵੱਡੇ ਪੱਧਰ 'ਤੇ ਪ੍ਰੋਗਰਾਮ ਕਰਵਾ ਰਹੀ ਹੈ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਉੱਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਇੱਕ ਸ਼ਬਦ ਨੂੰ ਹੀ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲੇ ਨਾਲ ਬੋਰਡ ਫਿਰ ਸਵਾਲਾਂ ਵਿੱਚ ਹੈ। ਇਹ ਤਰੁੱਟੀ 10ਵੀਂ ਦੀ ਕਿਤਾਬ ਸਾਹਿਤ ਮਾਲਾ ਵਿੱਚ ਪਾਈ ਗਈ ਹੈ ਅਤੇ ਅੱਖਾਂ ਬੰਦ ਕਰੀ ਬੈਠੇ ਸਿੱਖਿਆ ਮਹਿਕਮੇ ਨੂੰ ਇਸ ਦੀ ਕੋਈ ਖਬਰ ਨਹੀਂ। ਅਧਿਆਪਕਾਂ ਵੱਲੋਂ ਇਹ ਮਸਲਾ ਸਿੱਖਿਆ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਗਿਆ। ਇਹ ਕਿਤਾਬ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਛਾਪੀ ਗਈ ਹੈ। ਇਸ ਸਾਲ ਇਸ ਕਿਤਾਬ ਨੂੰ ਨਵੇਂ ਰੰਗਾਂ ਵਿੱਚ ਪ੍ਰਿੰਟ ਕਰਵਾਇਆ ਗਿਆ, ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ ਨੂੰ ਗਲਤ ਪ੍ਰਿੰਟ ਕੀਤਾ ਗਿਆ, ਜੋ ਕਿ ਵੱਡੀ ਬੇਅਦਬੀ ਹੈ। ਹੁਣ ਆਪਣੀ ਕਰਤੂਤ ਦੀ ਪੋਲ ਖੁੱਲ੍ਹੀ ਹੈ ਤਾਂ ਬੋਰਡ ਵੱਲੋਂ ਛਪਾਈ ਦੌਰਾਨ ਮਿਸ ਪ੍ਰਿੰਟ ਹੋਣ ਦੀ ਦਲੀਲ ਦਿੱਤੀ ਜਾ ਰਹੀ ਹੈ। ਹਾਲਾਂਕਿ ਇਸ ਦੀ ਜਾਂਚ ਕਰਵਾ ਕੇ ਅਸਲ ਕਾਰਨ ਲੱਭਣ ਦੇ ਦਾਅਵੇ ਵੀ ਹੋ ਰਹੇ ਨੇ, ਪਰ ਕੋਈ ਇਸ ਨੂੰ ਤਕਨੀਕੀ ਗਲਤੀ ਦੱਸ ਰਿਹਾ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੀ ਦਲੀਲ ਹੈ ਕਿ ਉਹਨਾਂ ਨੇ ਵੈਬਸਾਈਟ 'ਤੇ ਗਲਤੀ ਦਰੁਸਤ ਕਰ ਦਿੱਤੀ ਹੈ ਅਤੇ ਜ਼ਿਲ੍ਹਾ ਪੱਧਰ 'ਤੇ ਗਲਤੀ ਸੁਧਾਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਲਿਖ ਰਹੇ ਨੇ। ਉਹਨਾਂ ਨੇ ਇਹ ਮੰਨਿਆ ਕਿ ਛਪਾਈ ਦੌਰਾਨ ਕੁਝ ਸ਼ਬਦ ਛਪਣੋਂ ਰਹਿ ਗਏ ਨੇ, ਇਹ ਇੱਕ ਤਕਨੀਕੀ ਗਲਤੀ ਹੈ। ਜਦਕਿ ਬੋਰਡ ਦੇ ਬੁਲਾਰੇ ਰਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਕਿਤਾਬ ਪਿਛਲੇ ਕਾਫ਼ੀ ਸਮੇਂ ਤੋਂ ਛਾਪੀ ਜਾ ਰਹੀ ਹੈ। ਇਸ ਵਾਰ ਇਸ ਨੂੰ ਲਾਲ ਅਤੇ ਕਾਲੇ ਰੰਗ ਵਿੱਚ ਛਾਪਣ ਦਾ ਫੈਸਲਾ ਹੋਇਆ ਸੀ ਅਤੇ ਰੰਗਾਂ ਦੇ ਪ੍ਰਿੰਟ ਦੌਰਾਨ ਇਹ ਗਲਤੀ ਹੋਈ ਹੈ, ਪਰ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਮੰਨੋ ਗਲਤੀ ਹੋ ਵੀ ਗਈ ਪਰ ਬੋਰਡ ਇਸ ਲਈ ਵੱਡਾ ਕਸੂਰਵਾਰ ਹੈ ਕਿ ਜੇ ਗਲਤੀ ਹੋ ਗਈ ਤਾਂ ਕਿਤਾਬਾਂ ਸਕੂਲਾਂ ਵਿੱਚ ਭੇਜਣ ਤੋਂ ਪਹਿਲਾਂ ਕਿ ਬੋਰਡ ਵੱਲੋਂ ਇਸ 'ਤੇ ਇੱਕ ਸਵੱਲੀ ਨਜ਼ਰ ਮਾਰਨਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਉੱਧਰ ਦੂਜਾ ਕਾਰਨਾਮਾ ਵੀ ਸੁਣ ਲਵੋ। ਇੱਥੇ ਲੇਖ ਕਿਸੇ ਹੋਰ ਸ਼ਹੀਦ ਦੀ ਜ਼ਿੰਦਗੀ 'ਤੇ ਹੈ ਅਤੇ ਫੋਟੋ ਕਿਸੇ ਹੋਰ ਸ਼ਹੀਦ ਦੀ ਲਗਾ ਦਿੱਤੀ ਗਈ। ਇਹ ਗਲਫਤ 4ਵੀਂ ਦੀ ਕਲਾਸ ਦੀ ਕਿਤਾਬ ਵਿੱਚ ਹੋਈ ਹੈ। 3ਜੇ ਅਧਿਆਏ ਵਿੱਚ ਬਾਲ ਸੁਖਦੇਵ ਦੇ ਸਿਰਲੇਖ ਹੇਠ ਤਸਵੀਰ ਸ਼ਹੀਦ ਰਾਜਗੁਰੂ ਦੀ ਛਾਪੀ ਗਈ। ਇਹ ਮਸਲਾ ਇੱਕ ਅਧਿਆਪਕ ਵੱਲੋਂ ਸਿੱਖਿਆ ਮਹਿਕਮੇ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਬੋਰਡ ਦੀ ਫਜੀਹਤ ਕੋਈ ਪਹਿਲੀ ਦਫ਼ਾ ਨਹੀਂ ਹੋਈ। ਇਸ ਤੋਂ ਪਹਿਲਾਂ 11ਵੀਂ ਅਤੇ 12ਵੀਂ ਦੀ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਇਲਜ਼ਾਮ ਵੀ ਪੰਜਾਬ ਸਕੂਲ ਸਿੱਖਿਆ ਬੋਰਡ 'ਤੇ ਲੱਗ ਚੁੱਕੇ ਨੇ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।